बीते दिनों चक्की दरिया के तेज बहाव में आकर डूबने वाले पिता विनय कुमार और उनके बेटे ओजस का शव बरामद कर लिया गया है। जानकारी देते हुए महाजन युवा विंग के सदस्यों ने बताया कि इस घटना को लेकर सभा की तरफ से संवेदनाएं प्रकट करते हुए पीड़ित परिवार को हर संभव मदद की जाएगी। बता दें कि पिता विनय कुमार का शव NDRF टीम द्वारा ढूंढ निकाला था, जबकि बेटे ओजस का शव आज दो दिन बाद चक्की दरिया से बरामद किया गया। ਹੁਣ ਬੇਸਿਕ ਆਪਣਾ ਅਸੀਂ ਰਾਤੀਂ ਉਹਨਾਂ ਦੇ ਘਰ ਗਏ ਸੀਗੇ ਉਹਨਾਂ ਨੂੰ ਪੁੱਛਣ ਕੀ ਹੋਇਆ ਅਤੇ ਉਹਨਾਂ ਨੇ ਸਾਨੂੰ ਘਟਨਾ ਬਾਰੇ ਦੱਸਿਆ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਕੋਸ਼ਿਸ਼ ਕਰਾ ਦਿਓ ਕਿ ਜਿੰਨੀ ਜਲਦੀ ਹੋ ਸਕੇ ਸਾਡਾ ਬੇਟਾ ਵੀ ਸਾਨੂੰ ਮਿਲ ਜੇ, ਕਿਉਂਕਿ ਫਾਦਰ ਸਾਹਿਬ ਤਾਂ ਮਿਲ ਗਈ ਸੀ ਅਤੇ ਫਾਦਰ ਸਾਹਿਬ ਦੀ ਉਹਨਾਂ ਨੇ ਸੰਸਕਾਰ ਵੀ ਕਰਤਾ। ਅਸੀਂ ਰਾਤੀਂ ਆਪਣੀ ਮਾਇਨ ਸਭਾ ਯੂਥ ਵਿੰਗ ਦੀ ਟੀਮ ਨੇ ਇਕੱਠੇ ਕਰਕੇ ਪੰਜਾਬ ਪ੍ਰਧਾਨ ਮਾਨਵ ਮਾਇਨ ਨੇ ਸਾਨੂੰ ਕਿਹਾ ਕਿ ਇਹਨੂੰ ਜਿੰਨੀ ਜਲਦੀ ਹੋ ਸਕੇ ਰੈਸਕਿਊ ਨੂੰ ਕਲੀਅਰ ਕੀਤਾ ਜਾਏ। ਆਪਾਂ ਰਾਤੋ ਰਾਤ ਅਸ਼ਵਨੀ ਸ਼ਰਮਾ ਆਪਣਾ MLA ਸਾਹਿਬ ਸਾਡੇ BJP ਦੇ ਅਸੀਂ ਉਹਨਾਂ ਕੋਲ ਰਾਤੀ ਪਹੁੰਚੇ। ਉਹਨਾਂ ਨੇ DC ਸਾਹਿਬ ਨੂੰ ਅੱਗੇ ਫੋਨ ਕਰਕੇ DC ਸਾਹਿਬ ਨੇ ਅੱਗੇ SDM ਨੂੰ ਅੱਗੇ ਉਹਨਾਂ ਨੇ ਨਾਇਬ ਤਹਿਸੀਲਦਾਰ ਮੌਕੇ 'ਤੇ ਆ ਕੇ ਸਾਰਾ ਕੰਮ ਸਾਂਭਿਆ। ਅੱਗੇ ਫਿਰ ਅਸੀਂ ਸੁਨੀਲ ਗੁਪਤਾ ਜੀ ਨੂੰ ਵੀ ਕਿਹਾ ਹੋਇਆ ਸੀਗਾ ਚੇਅਰਮੈਨ ਪੰਜਾਬ, ਉਹਨਾਂ ਨੇ ਵੀ ਅੱਗੇ ਫੋਨ ਕੀਤੇ ਦਾ ਸੀ। ਰਾਤੀਂ ਉਹਨਾਂ ਨੇ ਉਹਨਾਂ ਦੇ ਪਰਿਵਾਰ ਨੂੰ ਆਸ਼ਵਾਸਨ ਵੀ ਦਿੱਤਾ ਕਿ ਸਵੇਰੇ ਆਪਾਂ ਜਿੰਨੀ ਜਲਦੀ ਹੋ ਸਕੇ ਇਸ ਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ। ਸਵੇਰੇ ਆਪਾਂ ਇੱਥੇ ਆਏ ਹਾਂ ਅਤੇ ਸਵੇਰੇ ਘੰਟੇ ਡੇਢ ਘੰਟੇ ਬਾਅਦ ਉਹਨਾਂ ਨੇ ਰੈਸਕਿਊ ਕਰਕੇ NDRF ਦੀ ਟੀਮ ਨੇ ਉਹਨਾਂ ਨੂੰ ਲੱਭ ਲਿਆ ਬੱਚੇ ਨੂੰ, ਅਤੇ ਚਲੋ ਸਾਰਾ ਹੋ ਗਿਆ ਕੰਮ। ਉਹਦੇ ਬਾਅਦ ਆਪਣਾ ਸਾਨੂੰ ਅਸੀਂ ਪ੍ਰਸ਼ਾਸਨ ਦਾ ਅਤੇ ਸਰਕਾਰ ਦਾ ਹਿਮਾਚਲ ਅਤੇ ਪੰਜਾਬ ਦੋਵਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹ ਸਾਰਾ ਸਿਸਟਮ ਸਹੀ ਕਰਤਾ, ਅਤੇ ਉਹਦੇ ਲਈ ਅਸੀਂ ਹੱਥ ਜੋੜ ਕੇ ਉਹਨਾਂ ਦੇ ਪਰਿਵਾਰ ਨੂੰ ਹੌਸਲਾ ਅਫਜਾਈ ਦਿੰਦੇ ਹਾਂ ਕਿ ਜੋ ਹੋਣਾ ਹੀ ਹੋ ਗਿਆ, ਹੁਣ ਅੱਗੇ ਉਹ ਜੇ ਸਾਡੇ ਤੋਂ ਕੋਈ ਲੋੜ ਬਣਦੀ ਆ ਅਸੀਂ ਉਹਨਾਂ ਦੀ ਮਦਦ ਕਰਾਂਗੇ, ਖੜ੍ਹੇ ਹੋ ਕੇ ਜਿੱਥੇ ਵੀ ਉਹ ਕਹਿਣਗੇ ਉੱਥੇ ਉਹਨਾਂ ਨਾਲ ਸਾਰਾ ਭਾਵੇਂ ਪਰਿਵਾਰ ਉਹਨਾਂ ਨਾਲ ਖੜ੍ਹਾ ਜਿਤਾਈ ਗਈ ਸੀ ਇੱਥੇ ਐਟ ਪ੍ਰੈਜੈਂਟ ਸਾਡੇ ਕਾਨੂੰਨ ਦੇ ਪਟਵਾਰੀ ਸੀ ਜੋ ਮਤਲਬ ਉਹਨਾਂ ਨੂੰ ਪੂਰਾ ਕਾਨੂੰਨ ਕਰਵਾਤਾ ਹੈ, ਜੋ ਮਾਨਯੋਗ DC ਪਠਾਨਕੋਟ ਜੀ ਦੇ ਹੁਕਮਾਂ ਤਹਿਤ ਕੱਲ੍ਹ ਮੈਨੂੰ ਇੱਥੇ ਭੇਜਿਆ ਗਿਆ ਸੀਗਾ। ਮੈਂ ਜਸਪਾਲ ਸਿੰਘ ਸ਼ੇਰ ਆਪਣਾ ਨਰੋਟ ਜੈਨ ਸਿੰਘ, ਅਤੇ ਭੇਜਣ ਤੋਂ ਬਾਅਦ ਦੇ ਵਿੱਚ ਅਸੀਂ ਮੁੜ ਕੇ ਰਾਤੀ ਇੱਥੇ ਜਦੋਂ 10:30 ਵਜੇ ਪਰਿਵਾਰ ਵਾਲੇ ਆਏ ਹੋਏ ਸੀਗੇ, ਉੱਥੇ ਪਤਵੰਤੇ ਸੱਜਣ ਵੀ ਆ ਜਾ ਸੀਗੇ, ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਵੀ ਜਿਹੜੀ NDRF ਦੀ ਟੀਮ ਆ ਇਹ ਲੇਟ ਆਵਰ ਕੰਮ ਨਹੀਂ ਕਰ ਸਕਦੀ, ਅਤੇ ਫਿਰ NDRF ਕਾਰ ਆਪਣਾ ਰਾਬਤਾ ਕਾਇਮ ਕੀਤਾ। ਉਹਨਾਂ ਸੁਬਹਾ 8 ਦਾ ਟਾਈਮ ਦਿੱਤਾ, ਪਰਿਵਾਰ ਨੇ ਸਹਿਮਤੀ ਜਿਤਾਈ ਅਤੇ ਹੁਣ ਇੱਥੇ ਹਾਜ਼ਰ ਸੀਗੇ। 8:05 ਜਿਹੜਾ ਰੈਸਕਿਊ ਆਪਰੇਸ਼ਨ ਸਟਾਰਟ ਹੋ ਗਿਆ ਸੀਗਾ, ਅਤੇ ਅਸੀਂ ਇਹ ਦੋਨੋਂ ਪਿਓ ਪੁੱਤ ਸੀਗੇ ਵਿਨੇ ਮਹਾਜਨ ਜੀ ਔਰ ਉਹਨਾਂ ਦਾ ਬੇਟਾ ਜੋ ਪਠਾਨਕੋਟ ਨਾਲ ਸੰਬੰਧ ਸੀ। ਪਤਾ ਲੱਗਾ ਸੀ ਵੀ ਇਹ ਅੱਜ ਕੱਲ੍ਹ ਪੂਜਾ ਚੱਲ ਰਹੀਆਂ ਨੇ, ਅਤੇ ਪੂਜਾ ਨੂੰ ਲੈ ਕੇ ਸੋਲਰ ਕੋਈ ਜੋ ਵੀ ਮਟੀਰੀਅਲ ਹੁੰਦਾ ਰਸਮ ਹੁੰਦੀ ਹੈ ਉਹ ਪ੍ਰਵਾਹ ਕਰਨ ਆਏ ਸੀ ਜਿਹੜੇ ਪੈਸੇ ਪਾਣੀ ਦੇ ਵਿੱਚ ਹੋ ਕੇ, ਅਤੇ ਕੱਲ੍ਹ ਤਾਂ ਵਿਨੇ ਮਹਾਜਨ ਜੀ ਜਿਹੜੇ ਉਹਨਾਂ ਦੀ ਪਾਰਟੀ ਰਿਕਵਰ ਕਰ ਲਈ ਗਈ ਸੀ, ਅੱਜ ਉਹਨਾਂ ਦੇ ਜਿਹੜੀ ਬੇਟੇ ਦੀ ਪਾਰਟੀ ਹੈ ਉਹ ਵੀ ਰਿਕਵਰ ਹੋ ਚੁੱਕੀ ਹੈ। ਅਤੇ ਅੱਜ ਜਿਹੜਾ ਸਾਂਝਾ ਹਿਮਾਚਲ ਪੁਲਿਸ NDRF ਟੀਮ ਨੇ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਨੇ ਸਾਂਝਾ ਜਿਹੜਾ ਰੈਸਕਿਊ ਆਪਰੇਸ਼ਨ ਚਲਾਇਆ ਸੀਗਾ ਉਹਦੇ ਤਹਿਤ ਰਿਕਵਰ ਕਰ। ਕਿੰਨੀ ਦੇਰ ਹੋਈ ਬੋਡੀ ਮਿਲੀ ਨੂੰ? ਹਾਂਜੀ, ਕਿੰਨੀ ਦੇਰ ਹੋਈ ਬੋਡੀ ਮਿਲੀ? ਬੋਡੀ ਮਿਲੀ ਨੂੰ ਤਕਰੀਬਨ 1 ਘੰਟਾ। ਜਿਸ ਜਗ੍ਹਾ 'ਤੇ ਹਾਦਸਾ ਹੋਇਆ ਉਸ ਤੋਂ ਕਿੰਨੀ ਦੂਰ ਮਿਲੀ ਹੈ? ਜਿਸ ਜਗ੍ਹਾ 'ਤੇ ਹਾਦਸਾ ਆਇਆ ਉੱਥੋਂ ਤਾਂ ਬਾਡੀ 500 ਮੀਟਰ ਅੱਗੇ ਚੱਲ ਗਈ ਸੀਗਾ, ਜਿਹੜਾ ਨੈਸ਼ਨਲ ਮੇਨ ਹਾਈਵੇ ਆ ਉਹ ਪੁੱਲ ਤੋਂ ਕ੍ਰਾਸ ਕਰਕੇ ਅਤੇ ਅਗਲੇ ਪਾਸੇ ਜਾ ਕੇ ਬਾਡੀ ਰਿਕਵਰ ਹੋਈ ਹੈ। ਅਸੀਂ ਜ਼ਿਲ੍ਹਾ ਪ੍ਰਸ਼ਾਸਨ ਮਾਨਯੋਗ DC ਸਰ ਪਠਾਨਕੋਟ ਜੀ ਵੱਲੋਂ ਵੀ ਪਠਾਨਕੋਟ ਦੇ ਲੋਕਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਅੱਜ ਕੱਲ੍ਹ ਪੂਜਾ ਦਾ ਸਮਾਂ ਚੱਲ ਰਿਹਾ, ਪਲੀਜ਼ ਜਿਹੜਾ ਵਗਦਾ ਪਾਣੀ ਹੈ ਉਹਦੇ ਨੇੜੇ ਜਾ ਕੇ ਕੋਈ ਵੀ ਜਿਹੜੀ ਸਮੱਗਰੀ ਹੈ ਪ੍ਰਵਾਹ ਨਾ ਕੀਤੀ ਜਾਏ, ਉਹਦੇ ਤੋਂ ਦੂਰ ਰਹਿ ਕੇ ਪਾਣੀ ਪੀਏ ਤਾਂ ਕਿ ਇਸ ਤਰ੍ਹਾਂ ਦੇ ਹਾਦਸੇ ਨਾ ਵਾਪਰਨ, ਕਿਉਂਕਿ ਇਸ ਪਰਿਵਾਰ ਦੇ ਵਿੱਚ ਕੋਈ ਵੀ ਜਿਹੜਾ ਮੈਨ ਪਾਵਰ ਉਹ ਨਹੀਂ ਰਹਿ ਗਈ। ਪਤਾ ਲੱਗਾ ਇੱਕ ਇਹਨਾਂ ਦੇ ਮਾਤਾ ਜੀ ਜਿਹੜੇ ਦੇਖਦੇ ਪਾਣੀ ਇੱਕ ਇਹਨਾਂ ਦੇ ਮਿਸਿਜ ਕੋਈ ਪਰਿਵਾਰ ਦੇ ਵਿੱਚ ਰਹਿ ਗਏ ਨੇ।
ਬਹੁਤ ਵੱਡਾ ਹਾਦਸਾ ਜਿਹਦੇ ਵਾਸਤੇ ਅਸੀਂ ਪ੍ਰਸ਼ਾਸਨ ਉਹਨਾਂ ਦੀ ਬਹੁਤ ਖੁਸ਼ੀ ਸੀ। ਸਰ ਜਿਹੜੀ ਬੋਡੀ ਜਿੱਥੋਂ ਮਿਲੀ ਹੈ ਉਹ ਹਿਮਾਚਲ ਦਾ ਏਰੀਆ ਕਿ ਪੰਜਾਬ ਦਾ ਜੀ? ਉਹ ਹਿਮਾਚਲ ਦਾ, ਹਿਮਾਚਲ ਬਾਡੀ ਨੂੰ ਕਵਰ ਹੋਈ। ਜਿਹੜੀ ਕਾਰਵਾਈ ਹੈ ਹਿਮਾਚਲ ਵਾਲੇ ਕਰਦੇ? ਹਿਮਾਚਲ ਪੁਲਿਸ ਦਾ ਹੈਂਡਓਵਰ ਕਰਤੀ ਗਈ ਹੈ ਔਰ ਪਰਿਵਾਰ ਦੇ ਮੈਂਬਰਾਂ ਵੱਲੋਂ ਇਹ ਸ਼ਨਾਖਤ ਕਰ ਲਈ ਗਈ ਹੈ ਕੱਪੜਿਆਂ ਤੋਂ, ਕਿਉਂਕਿ ਫੇਸ 'ਤੇ ਬਹੁਤ ਭੀੜ ਆਇਆ ਪੰਪਾਂ ਦਾ ਲੱਗਦਾ। ਅਤੇ ਉਹਨਾਂ ਦੇ ਉਹ ਹੁਣ ਆਪਣੀ ਕਾਰਵਾਈ ਕਰਕੇ ਤੁਹਾਡੀ ਸੌਂਪ ਦੇਣਗੇ। ਉਹਨਾਂ ਨੇ ਕਿਹਾ ਬੇਟੇ ਨੇ ਇੱਕ ਵਾਰੀ ਸੌਂਪਿਆ, ਉਹਨਾਂ ਦਾ ਘੱਟਾ ਘੱਟਾ ਲਿਖਣਾ ਉਹਨਾਂ। ਠੀਕ ਹੈ, ਥੈਂਕ ਯੂ।